अकात कथा कहिए गुरु पाए, अकात कथा कहिए गुरु पाए। ज्यों बुलावे त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। मैं मूर्ख की केतक बात है, कोट पराधी तरिया रे। गुर नानक जिन सुनिया पेखिया, से फिर घर बास न परिया रे। गुर नानक जिन सुनिया पेखिया, से फिर घर भास न परिया रे। सतनाम श्री वाहिगुरु साहेब जियो। गौड़ी महला पहला, उलट्यो कमल ब्रह्म विचार। अमृत तार गगन दस द्वार, त्रिपवन विद्या आप मुरार। रे मन मेरे परम न की जय, मन माने अमृत रस पीजै रहाओ। जन्म जीत मरण मन मनया, आप मुआ मन मन ते जनया। नजर पई कर करते जनया, जत सत तीर्थ मजन नाम। अधिक बिथार करो किस काम, नर नारायण अंतर जाम। आन मनो तो पर कर जाओ, किस जाचो नाही को थाओ। नानक गुरमत सहज समाओ, किस जाचो नाही को थाओ। नानक गुरमत सहज समाओ। वाहे गुरु जी का खालसा, वाहे गुरु जी की फतेह। धन धन साहिब श्री गुरु ग्रंथ साहिब जी की पावन पवित्र मुबारक गोद विच हाजरियां भर रहे गुरु प्यारे गुरु सवारे सतसंगी जनों, बड़े ही धनता दे पात्र हाँ। रोजाना दी तरह अमृत वेले दीवाना दियां हाजरियां भर के धन धन साहिब श्री गुरु ग्रंथ साहिब जियां दे चरणां दे विच जुड़े हाँ। गुरु महाराज जियां ने बख्शिश कीती है अमृत वेला सच नाउ वड्याई विचार। असी अमृत दे अर्थ
ਗੁਰਬਾਣੀ ਦੇ ਵਿੱਚ ਕਈ ਵਾਰ ਦੁੱਧ ਵਾਸਤੇ ਵੀ ਆਉਂਦੇ ਨੇ, ਪਦਾਰਥਾਂ ਦੇ ਲਈ ਵੀ ਆਉਂਦੇ ਨੇ। 36 ਪ੍ਰਕਾਰ ਦੇ ਭੋਜਨ ਨੂੰ ਵੀ ਅੰਮ੍ਰਿਤ ਕਿਹਾ ਹੈ। ਤੁਮਰੋ ਦੁੱਧ ਬਿਦਰ ਕੋ ਪਾਨੀ, ਅੰਮ੍ਰਿਤ ਕਰਮੈ ਮਾਨਿਆ। ਉੱਥੇ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਗੁਰਬਾਣੀ ਦੇ ਵਿੱਚ ਧੁਰ ਕੀ ਬਾਣੀ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਇਹ ਉਹ ਅੰਮ੍ਰਿਤ ਬਾਣੀ ਹਰ ਹਰ ਤੇਰੀ, ਭਾਵ ਕਿ ਇਹ ਬਾਣੀ ਉਹ ਹੈ ਜਿਹੜਾ ਇਨਸਾਨ ਇਸ ਬਾਣੀ ਨੂੰ ਆਪਣੀ ਰਸਨਾ ਦੇ ਰਾਹੀਂ ਅੰਦਰ ਪੀਂਦਾ ਹੈ ਅਤੇ ਇਹ ਬਾਣੀ ਉਸ ਨੂੰ ਅਮਰ ਕਰ ਦਿੰਦੀ ਹੈ। ਰਹਾਓ ਦਾ ਬੰਧ ਜੋ ਆਪਾਂ ਇਸ ਸ਼ਬਦ ਦੇ ਵਿੱਚ ਸ੍ਰਵਣ ਕੀਤਾ ਹੈ, ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨੈ ਅੰਮ੍ਰਿਤ ਰਸ ਪੀਜੈ। ਕਿ ਹੇ ਮੇਰੇ ਮਨਾ, ਭਰਮ ਨਾ ਕੀਜੈ, ਭਾਵ ਕੀ ਭਟਕਣਾ ਛੱਡ ਦੇ। ਭਰਮ ਦਾ ਅਰਥ ਹੈ ਭਟਕਣਾ, ਕਿਉਂਕਿ ਅਸੀਂ ਦਰ ਦਰ 'ਤੇ ਭਟਕਦੇ ਹਾਂ, ਪ੍ਰਭੂ ਪਰਮਾਤਮਾ ਨੂੰ ਛੱਡ ਕਰਕੇ ਦਰ ਦਰ 'ਤੇ ਭਟਕਦੇ ਹਾਂ, ਪਰ ਕਿਤੇ ਵੀ ਇਹ ਮਾਇਆ ਦੀ ਜਿਹੜੀ ਅਸ਼ਾਂਤੀ ਫੈਲੀ ਹੋਈ ਹੈ, ਕਦੀ ਵੀ ਹਿਰਦੇ ਦੇ ਵਿੱਚ ਭਟਕਣਾ ਦੇ ਨਾਲ ਸ਼ਾਂਤੀ ਨਹੀਂ ਆਉਂਦੀ। ਇਨਸਾਨ ਜਿੰਨਾ ਮਰਜ਼ੀ ਯਤਨ ਕਰ ਲਵੇ, ਇਹ ਮਾਇਆ ਦੀ ਅਸ਼ਾਂਤੀ ਜਿਹੜੀ ਫੈਲੀ ਹੋਈ ਹੈ, ਦੁਨਿਆਵੀ ਕਿਸੇ ਐਸਾ ਕੋਈ ਦਰ ਨਹੀਂ, ਐਸੀ ਕੋਈ ਦੁਨਿਆਵੀ ਬਾਣੀ ਨਹੀਂ ਜਿਹੜੀ ਇਸ ਹਿਰਦੇ ਦੇ ਅੰਦਰ ਫੈਲੀ ਹੋਈ ਅਸ਼ਾਂਤੀ ਨੂੰ ਸ਼ਾਂਤ ਕਰ ਦੇਵੇ। ਮੈਂ ਸੌਖੇ ਜਿਹੇ ਲਫ਼ਜ਼ਾਂ ਦੇ ਵਿੱਚ ਕਹਿ ਦੇਵਾਂ, ਗੁਰੂ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਬਿਨਾਂ ਐਸਾ ਕੋਈ ਦੂਜਾ ਨਹੀਂ, ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਨਹੀਂ ਜਿਹੜਾ ਬੰਦਿਆ ਤੇਰੀ ਭਟਕਣਾ ਨੂੰ ਮੁਕਾ ਦੇਵੇ। ਤੇਰੀ ਭਟਕਣਾ ਉਦੋਂ ਹੀ ਖਤਮ ਹੋਏਗੀ ਜਿਸ ਦਿਨ ਤੈਨੂੰ ਪਰਮਾਤਮਾ ਦੀ ਬਾਣੀ, ਤੈਨੂੰ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਚੰਗੀ ਲੱਗਣ ਲੱਗ ਗਈ। ਜਿਸ ਦਿਨ ਤੇਰੇ ਹਿਰਦੇ ਦੇ ਵਿੱਚ ਮਨ ਮਾਨੈ ਅੰਮ੍ਰਿਤ ਰਸ ਪੀਜੈ, ਜਿਸ ਦਿਨ ਗੁਰੂ ਨੇ ਕਿਰਪਾ ਕਰ ਦਿੱਤੀ ਤੇਰੇ 'ਤੇ, ਤਰੁੱਠ ਗਿਆ ਨਾ, ਜਿਸ ਦਿਨ ਤੂੰ ਗੁਰੂ ਦੇ ਉੱਤੇ ਭਰੋਸਾ ਰੱਖ ਲਿਆ ਏ ਆਪਣੀ ਭਟਕਣਾ ਖਤਮ ਕਰਨ ਵਾਸਤੇ, ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਏ ਕਿ ਪਾਤਸ਼ਾਹ ਜੀ ਕਿਰਪਾ ਕਰ, ਜਦੋਂ ਅਸੀਂ ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਂਦੇ ਹਾਂ, ਅਸੀਂ ਬਚਨ ਪੜ੍ਹਦੇ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸ਼ੁਭਾ, ਚਿੰਤਾ ਲਾ ਹਮਾਰੀ, ਸਾਡੀ ਭਟਕਣਾ ਖਤਮ ਕਰਦੇ। ਸਾਡੀ ਭਟਕਣਾ ਖਤਮ ਕਰਦੇ ਆ ਕਰਕੇ ਗੁਰੂ ਪਾਤਸ਼ਾਹ ਜੀ ਦੀ ਜੋ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਅੰਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ, ਅਤੇ ਜਿਹੜਾ ਇਸ ਪਰਮਾਤਮਾ ਦੇ ਨਾਮ ਨੂੰ ਪੀਂਦਾ ਹੈ, ਜਿਹੜਾ ਇਸ ਪਰਮਾਤਮਾ ਦੇ ਨਾਮ ਨੂੰ ਆਪਣੇ ਮੁੱਖ ਦੇ ਰਾਹੀਂ ਰਸਨਾ ਰਾਹੀਂ ਜਪ ਕਰਕੇ ਜੀਵਨ ਦੇ ਵਿੱਚ ਢਾਲਦਾ ਹੈ, ਅਤੇ ਸੱਚ ਜਾਣਿਆ ਜੇ ਫਿਰ ਉਹਦੀ ਆਦਤ ਬਣ ਜਾਂਦੀ ਹੈ ਕਿ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਵੇਂ ਇੱਕ ਬੱਚਾ, ਜਿਵੇਂ ਇੱਕ ਬਾਰਿਕ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ, ਅਤੇ ਸਾਰਿਆਂ ਨੂੰ ਪਤਾ ਹੈ ਕਿ ਦੁੱਧ ਤੋਂ ਸਿਵਾ ਹੋਰ ਕੁਝ ਉਹ ਖਾਂਦਾ ਵੀ ਨਹੀਂ, ਦੁੱਧ ਨਾ ਮਿਲੇ ਤਾਂ ਰੋਂਦਾ ਹੈ, ਦੁੱਧ ਵੀ ਤਾਂ ਅੰਮ੍ਰਿਤ ਹੈ ਨਾ, ਪਰ ਇਹ ਦੁੱਧ ਪੀਤਿਆਂ ਅੰਦਰ ਦੀ ਤ੍ਰਿਪਤੀ ਆ ਜਾਂਦੀ ਹੈ। ਬੱਚਾ ਜਦ ਦੁੱਧ ਮੁੱਖ ਦੇ ਵਿੱਚ ਪਾਉਂਦਾ ਹੈ, ਵਿਲਕਦਾ ਹੋਇਆ ਰੋਂਦਾ ਹੋਇਆ ਬੱਚਾ ਸ਼ਾਂਤ ਹੋ ਜਾਂਦਾ ਹੈ, ਉਹ ਭਲਿਆ ਰੱਬ ਦੇ ਅੰਮ੍ਰਿਤਮਈ ਬਚਨ ਆਪਣੇ ਮੁੱਖ ਦੇ ਵਿੱਚ ਪਾ ਲਵੀਂ, ਜਿਹੜੇ ਜਨਮਾਂ ਜਨਮਾਂਤਰਾਂ ਤੋਂ ਭਟਕਦਾ ਫਿਰਦਾ ਹੈ, ਸ਼ਾਂਤ ਹੋ ਜਾਏਗਾ। ਆਖੋ ਸਤਨਾਮ। ਪਰ ਲੋੜ ਹੈ, ਲੋੜ ਹੈ ਕਦੀ ਬਾਣੀ ਦੇ ਲਈ, ਜਿਵੇਂ ਬੱਚਾ ਦੁੱਧ ਦੀ ਲੋੜ ਦੇ ਲਈ ਵਿਲਕਦਾ ਹੈ ਨਾ, ਰੋਂਦਾ ਵੀ ਹੈ ਭੁੱਖ ਦੇ ਨਾਲ, ਆਪਣੇ ਅੰਦਰ ਇਸ ਭੁੱਖ ਨੂੰ ਮਹਿਸੂਸ ਕਰੀਏ। ਅਸੀਂ ਪੇਟ ਦੀ ਪੂਰਤੀ ਦੇ ਲਈ 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ, ਪਰ ਕਮਾਲ ਦੀ ਗੱਲ, ਆਤਮਾ ਦੀ ਭੁੱਖ ਮਿਟਾਉਣ ਦੇ ਲਈ ਬਾਬੇ ਦੀ ਬਾਣੀ ਨੂੰ ਗ੍ਰਹਿਣ ਕਰਦੇ ਨਹੀਂ। ਅਸੀਂ ਬਚਨ ਪੜ੍ਹਦੇ ਹਾਂ ਨਾ, ਮੰਦਾਵਣੀ ਮਹਿਲਾ ਪੰਜਵਾਂ, ਥਾਲ ਵਿੱਚ 3 ਵਸਤੂ ਪਈਓ, ਸੱਤ ਸੰਤੋਖ ਵਿਚਾਰੋ।
ਇਹ ਸਮਝ ਲਈਏ ਕਿ ਜਦੋਂ ਵੀ ਅਸੀਂ ਚੌਂਕੜਾ ਲਾ ਕਰਕੇ ਪਰਮਾਤਮਾ ਦੀ ਯਾਦ ਦੇ ਵਿੱਚ ਜੁੜ ਜਾਂਦੇ ਹਾਂ ਜਾਂ ਗੁਰੂ ਘਰ ਆ ਕਰਕੇ ਜਦੋਂ ਵੀ ਅਸੀਂ ਬੈਠਦੇ ਹਾਂ, ਇਹ ਮਹਿਸੂਸ ਕਰੀਏ ਕਿ ਬਾਬੇ ਨਾਨਕ ਨੇ, ਗੁਰੂ ਗ੍ਰੰਥ ਸਾਹਿਬ ਜੀਆਂ ਨੇ ਸਾਡੇ ਅੱਗੇ ਇੱਕ ਥਾਲ ਪਰੋਸ ਦਿੱਤਾ ਹੈ। ਵੇਖੋ ਨਾ, ਲੰਗਰ ਹਾਲ 'ਚ ਬੈਠਦੇ ਹਾਂ, ਥਾਲ ਰੱਖ ਕੇ, ਥਾਲ ਦੇ ਵਿੱਚ ਫਿਰ ਪ੍ਰਸ਼ਾਦਾ ਪੈਂਦਾ ਹੈ, ਉਸ ਨੂੰ ਅਸੀਂ ਛਕਦੇ ਹਾਂ ਅਤੇ ਆਨੰਦ ਮਾਣਦੇ ਹਾਂ। ਅਤੇ ਜੇ ਕੋਈ ਥਾਲ ਦੇ ਵਿੱਚ ਪ੍ਰਸ਼ਾਦਾ ਇਸ ਤਰ੍ਹਾਂ ਪਿਆ ਰਵੇ, ਛਕੇ ਨਾ, ਤਾਂ ਵਰਤਾਰਾ ਕੀ ਕਹਿੰਦਾ ਕਿ ਭਾਈ ਛਕ ਲੈ। ਗੁਰੂ ਗ੍ਰੰਥ ਸਾਹਿਬ ਜੀਆਂ ਨੇ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀਆਂ ਨੇ ਸਾਡੇ ਉੱਤੇ ਕਿਰਪਾ ਕੀਤੀ। ਇਹ ਸ਼ਬਦ ਵੀ ਬਾਬੇ ਨਾਨਕ ਦਾ ਹੈ, ਸਾਰੀ ਬਾਣੀ ਬਾਬੇ ਨਾਨਕ ਦੀ ਹੈ। ਮੰਦਾਵਣੀ ਮਹਿਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰ ਜੇ ਕੋ ਖਾਵੇ। ਜਿਹੜਾ ਇਸ ਪਦਾਰਥ ਨੂੰ, ਇਸ ਭੋਜਨ ਨੂੰ ਛਕਦਾ ਹੈ, ਮਤਾ ਆਖੀਏ ਕਿ ਅਸੀਂ ਰੱਬ ਦੀ ਉਸਤਤ, ਜਦੋਂ ਵੀ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਬੈਠਾਂਗੇ, ਇਹ ਦਾਤ, ਇਹ ਥਾਲ ਪਰੋਸ ਕਰਕੇ ਬਾਬੇ ਨਾਨਕ ਨੇ ਸਾਡੇ ਅੱਗੇ ਰੱਖ ਦਿੱਤਾ ਹੈ। ਜੇ ਕੋ ਖਾਵੇ, ਜੇ ਕੋ ਪੁੰਚੇ, ਜਿਹੜਾ ਖਾ ਲਵੇ, ਖਾ ਕੇ ਇਸ ਨੂੰ ਪਚਾ ਲਵੇ। ਜੇ ਕੋ ਖਾਵੇ, ਜੇ ਕੋ ਪੁੰਚੇ, ਜਿਹਨੇ ਪਚਾ ਲਿਆ ਹੈ ਨਾ, ਤਿਸਕਾ ਹੋਏ ਉਧਾਰ, ਉਹਦਾ ਉਧਾਰ ਹੋ ਜਾਂਦਾ ਹੈ, ਉਹਦੀ ਭਟਕਣਾ ਖਤਮ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਭਾਈ, ਤੂੰ ਇਹ ਜਿਹੜਾ ਅੰਮ੍ਰਿਤ ਦਾ ਭਰਿਆ ਹੋਇਆ ਥਾਲ ਹੈ, ਦੁਨਿਆਵੀ ਅੰਮ੍ਰਿਤ ਦੁੱਧ ਹੈ, ਉਹਨੂੰ ਪੀਂਦਾ ਤੇਰੇ ਅੰਦਰ ਸ਼ਾਂਤੀ ਆਉਂਦੀ ਹੈ, ਅੰਦਰ ਦੀ ਤ੍ਰਿਪਤ ਹੋ ਜਾਂਦਾ ਹੈ, ਪੇਟ ਦੀ ਭੁੱਖ ਖਤਮ ਹੋ ਜਾਂਦੀ ਹੈ, ਤੇਰੀ ਪੇਟ ਦੀ ਭਟਕਣਾ ਖਤਮ ਹੋ ਜਾਂਦੀ ਹੈ, ਪਰ ਉਹ ਕੁਝ ਸਮੇਂ ਦੇ ਲਈ ਹੈ। ਬੱਚੇ ਨੇ ਦੁੱਧ ਪੀਤਾ, ਥੋੜ੍ਹੀ ਦੇਰ ਬਾਅਦ ਭੁੱਖ ਲੱਗੇਗੀ, ਫਿਰ ਪੀਏਗਾ। ਉੱਥੇ ਤਾਂ ਕੁਝ ਸਮੇਂ ਬਾਅਦ ਬੰਦਾ ਦੁੱਧ ਪੀਂਦਾ ਆ, ਭੋਜਨ ਛਕਦਾ ਹੈ, ਪਰ ਜਿਸ ਦਿਨ ਤੇਰੇ ਹਿਰਦੇ ਦੇ ਵਿੱਚ ਜਿਹੜੀ ਇਹ ਨਾਮ ਦੀ ਭੁੱਖ ਲੱਗ ਗਈ, ਅਤੇ ਜਿਸ ਦਿਨ ਤੂੰ ਇਸ ਅੰਮ੍ਰਿਤ ਨਾਮ ਨੂੰ ਪੀ ਲਿਆ, ਇਹ ਨਹੀਂ ਕਹੇਗਾ ਕਿ ਅੱਜ ਅੰਮ੍ਰਿਤ ਵੇਲਾ ਸੰਭਾਲਿਆ ਅਤੇ ਕੱਲ੍ਹ ਸੰਭਾਲਣ ਦੀ ਲੋੜ ਨਹੀਂ, 15 ਦਿਨ ਬਾਅਦ ਸੰਭਾਲ ਲਵਾਂਗੇ, ਨਹੀਂ ਨਹੀਂ ਅਵਸਥਾ ਬਣ ਜਾਏਗੀ ਕਿਹੜੀ, ਸਾਸ ਸਾਸ ਸਿਮਰੋਂ ਗੋਬਿੰਦ, ਇਹ ਅਵਸਥਾ ਬਣ ਜਾਏਗੀ। ਨਿੱਤਾ ਪ੍ਰਤੀ ਇੱਕ ਪਲ ਵੀ ਬਾਬੇ ਦੀ ਬਾਣੀ ਤੋਂ ਦੂਰ ਨਹੀਂ, ਹਰ ਵੇਲੇ ਇਹ ਕਹੇਗਾ ਕਿ ਮੈਨੂੰ ਲੋੜ ਹੈ, ਪਿਆਸ ਲੱਗੀ ਹੈ। ਦੁਨਿਆਵੀ ਇਨਸਾਨ ਨੂੰ ਪਿਆਸ ਲੱਗੇ, ਲੋੜ ਤੋਂ ਵੱਧ ਛਕ ਲੈਂਦਾ ਹੈ ਅਤੇ ਪੇਟ ਆਫਰ ਜਾਂਦਾ ਹੈ। ਕਮਾਲ ਦੀ ਗੱਲ ਹੈ, ਬਾਬੇ ਨਾਨਕ ਦੀ ਬਾਣੀ, ਬਾਬਾ ਨਾਨਕ ਕਹਿੰਦਾ ਜਿਨ੍ਹਾਂ ਨੂੰ ਭੁੱਖ ਲੱਗਦੀ ਉਹ ਨਿੱਤਾ ਪ੍ਰਤੀ ਹੀ ਪੀਂਦੇ ਨੇ ਇਸ ਅੰਮ੍ਰਿਤ ਨੂੰ, ਅਤੇ ਨਾਲੇ ਆਪ ਪੀਂਦੇ ਨੇ, ਫਿਰ ਦੂਜਿਆਂ ਨੂੰ ਵੀ ਦਿੰਦੇ ਨੇ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਏ। ਦੁਨਿਆਵੀ ਖਜ਼ਾਨੇ ਮੁੱਕ ਸਕਦੇ ਨੇ ਵਰਤਨ ਦੇ ਨਾਲ, ਪਰ ਬਾਬੇ ਨਾਨਕ ਦੇ ਘਰ ਦਾ ਖਜ਼ਾਨਾ ਮੁੱਕਦਾ ਨਹੀਂ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਲੋੜ ਹੈ ਪਿਓ ਦਾਦੇ ਦਾ, ਆਪਣੇ ਦਾਦੇ ਪੜਦਾਦੇ ਦੇ। ਵੇਖੋ ਨਾ, ਘਰੇ ਕੋਈ ਬਜ਼ੁਰਗ, ਸਾਡੇ ਦਾਦੇ ਜਾਂ ਪੜਦਾਦਾ ਜੀ, ਕੋਈ ਵੀ ਪਿੱਛੇ ਸਾਡੇ ਲਈ ਵਸਤੂਆਂ ਛੱਡ ਗਏ, ਉਹਨੂੰ ਆਪਾਂ ਕਿਵੇਂ ਖੋਲ੍ਹ ਖੋਲ੍ਹ ਦੇਖਦੇ ਹਾਂ। ਉਸਨੂੰ ਜੇ 4 ਭਰਾ ਨੇ ਤਾਂ ਉਹਨਾਂ ਦੇ ਜਾਣ ਪਿੱਛੋਂ ਉਸਨੂੰ ਵੰਡਦੇ ਵੀ ਹਾਂ, ਜੇ ਨਾ ਵੰਡੀਏ ਤਾਂ ਕਲੇਸ਼ ਵੀ ਪੈਂਦੀ ਹੈ। ਪਰ ਕਦੀ ਇਹ ਯਤਨ ਕੀਤਾ ਹੈ ਕਿ ਇਹ ਸਾਡੇ ਦਾਦਿਆਂ ਪੜਦਾਦਿਆਂ ਦੀ ਬਾਣੀ ਹੈ? ਜੇ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਕਹਿੰਦੇ ਹਾਂ ਨਾ ਕਿ ਸਾਡੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਫਿਰ ਦਾਦਾ ਜੀ ਕੌਣ ਹੋਏ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਕਿਤੇ ਬਾਣੀ ਪੜ੍ਹੀ ਹੈ ਆਪਣੇ ਦਾਦਾ ਜੀ ਦੀ? ਆਪਣੇ ਦਾਦੇ, ਦੁਨਿਆਵੀ ਦਾਦਾ ਜੀ ਜਾਂ ਪਿਤਾ ਜੀ ਦੇ ਦਿੱਤੀ ਹੋਈ ਦਾਤ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ, ਇੱਥੋਂ ਤੱਕ ਕਹਿ ਦਿੰਦੇ ਹਾਂ ਕਿ ਨਾ ਜੀ ਨਾ, ਆਹ ਮੋਟਰਸਾਈਕਲ ਨਹੀਂ ਮੈਂ ਵੇਚਣਾ, ਕਾਹਦੇ ਵਾਸਤੇ, ਇਹ ਮੇਰੇ ਦਾਦਾ ਜੀ ਦੀ ਨਿਸ਼ਾਨੀ ਹੈ, ਭਾਵੇਂ ਉਹ ਨਾ ਹੀ ਚੱਲੇ, ਘਰੇ ਖਲੋਤੀ ਹੈ, ਉਸ ਨੂੰ ਵੇਚਣਾ ਪਸੰਦ ਨਹੀਂ ਕਰਦਾ, ਭਾਵ ਕਿ ਸੰਭਾਲਣ ਦਾ ਯਤਨ ਕਰਦਾ ਹੈ। ਪਰ ਕਮਾਲ ਦੀ ਗੱਲ ਹੈ, ਸਾਡੇ ਦਾਦੇ ਪੜਦਾਦਿਆਂ ਦੀ ਬਾਣੀ
ਜਿਹੜੀ ਅਮਰ ਕਰ ਦੇਣ ਵਾਲੀ, ਜਿਹੜਾ ਇਨਸਾਨ ਇੱਕ ਵਾਰੀ ਇਸ ਅੰਮ੍ਰਿਤ ਬਾਣੀ ਨੂੰ ਪੀ ਲਵੇ ਉਹ ਅਮਰ ਹੋ ਜਾਵੇ, ਜਿਸ ਮੁਕਤੀ ਦੇ ਲਈ ਇਨਸਾਨ ਦਰ ਦਰ 'ਤੇ ਭਟਕਦਾ ਫਿਰਦਾ ਸੀ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਮੁਕਤੀ ਮਿਲ ਜਾਏ। ਸੰਸਾਰ ਦਿਆਂ ਲੋਕਾਂ ਨੇ ਇਸ ਨੂੰ ਆਪਣਾ ਵਪਾਰ ਬਣਾ ਲਿਆ ਕਿ ਇੰਨਾ ਧਨ ਦਾਨ ਕਰ ਦੇਵੋ, ਇਸਤਰੀ ਦਾਨ ਕਰ ਦੇਵੋ, ਘਰ ਬਾਰ ਦਾਨ ਕਰ ਦੇਵੋ, ਉੱਥੋਂ ਛਾਲ ਮਾਰ ਕੇ ਡੁੱਬ ਕੇ ਮਰ ਜਾਓ, ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ। ਬਾਬੇ ਨਾਨਕ ਨੇ ਬਚਨ ਕੀਤੇ ਕਿ ਨਹੀਂ, ਇਹ ਸਭ ਕਰਮ ਕਾਂਡ ਹੈ, ਇਤਰਾ ਮੁਕਤ ਨਹੀਂ ਨੇ ਮਿਲਣੀ। ਮੁਕਤੀ ਮਿਲੇਗੀ ਜਿਹੜਾ ਉਸ ਅਕਾਲ ਪੁਰਖ ਦੇ ਨਾਮ ਨੂੰ ਜਪੇਗਾ, ਜਿਹੜਾ ਉਸ ਪਰਮਾਤਮਾ ਦੇ ਅੰਮ੍ਰਿਤ ਨਾਮ ਭੋਜਨ ਨੂੰ ਪੁੰਚੇਗਾ, ਜਿਹੜਾ ਇਸ ਅੰਮ੍ਰਿਤ ਰੂਪੀ ਬਾਣੀ ਨੂੰ, ਅੰਮ੍ਰਿਤ ਰੂਪੀ ਰਸ ਨੂੰ ਆਪਣੇ ਮੁੱਖ ਦੇ ਵਿੱਚ ਪਾਏਗਾ। ਅਤੇ ਜਿਸ ਦਿਨ ਇਹ ਰਸ ਅੰਦਰ ਚਲਾ ਗਿਆ ਨਾ, ਫਿਰ ਜਿਹ ਰਸ ਬਿਸਰ ਗਏ ਰਸ ਔਰ ਰਾਮ ਰਸ ਪਿਆਰੇ। ਜਿਸ ਦਿਨ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਰਸ ਨੂੰ ਪੀਤਾ, ਇਹ ਸਾਰੇ ਦੁਨਿਆਵੀ ਰਸ ਸਾਰੇ ਜਿਹੜੇ ਇਹ ਵਿਸਰ ਜਾਂਦੇ ਨੇ। ਪਰ ਲੋੜ ਹੈ ਇਸ ਰਸ ਨੂੰ, ਅੰਮ੍ਰਿਤ ਰੂਪੀ ਰਸ ਨੂੰ ਪੀਣ ਦੀ। ਹਿਰਦੇ ਦੇ ਅੰਦਰ, ਇਸ ਭਾਂਡੇ ਦੇ ਅੰਦਰ ਸਭ ਕੁਝ ਹੈ, ਪਰ ਲੋੜ ਹੈ ਇਸ ਨੂੰ ਮੱਥਣ ਦੀ। ਹੁਣ ਪਤਾ ਹੈ ਦੁੱਧ ਦੇ ਵਿੱਚ ਮੱਖਣ ਹੈ, ਪਰ ਉਹਨੂੰ ਕੀ ਕਰਨਾ ਪਏਗਾ, ਪਹਿਲਾਂ ਗਰਮ ਕਰਨਾ ਪਏਗਾ। ਗਰਮ ਕਰਕੇ ਫਿਰ ਉਸ ਨੂੰ ਠੰਡਾ ਕਰਕੇ ਉਹਨੂੰ ਜਾਗ ਲਾਉਣੀ ਪੈਂਦੀ ਹੈ, ਜਿਹਨੂੰ ਇੱਕ ਦਹੀਂ ਦੀ ਫੁੱਟੀ ਕਹਿੰਦੇ ਹਾਂ। ਚਮਚੇ ਨਾਲੋਂ ਵੀ ਛੋਟੀ ਹੁੰਦੀ ਹੈ, ਇੱਕ ਚਮਚਾ ਕਹਿ ਦਈਏ, ਉਸ ਤੋਂ ਵੀ ਛੋਟੀ ਦਹੀਂ ਦੀ ਫੁੱਟੀ। ਦਸ ਦਸ ਲੀਟਰ ਨੂੰ ਉਹ ਦਹੀਂ ਦਾ ਫੁੱਟੀ ਦਹੀਂ ਦਾ ਰੂਪ ਦੇ ਦਿੰਦੀ ਹੈ। ਲੋੜ ਹੈ ਨਾਮ ਦੀ ਜਾਗ ਲਾਉਣ ਦੀ। ਇਹ ਮਨ ਇਟੀ ਹਾਥ ਕਰੋ ਪੁਨ ਨੇਤਰੋਂ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਤੀਏ ਇਨ ਵਿਦ ਅੰਮ੍ਰਿਤ ਪਾਵੋ। ਲੋੜ ਹੈ ਇਸ ਅੰਦਰ ਪਏ ਦੁੱਧ ਨੂੰ, ਅੰਮ੍ਰਿਤ ਨੂੰ, ਗਿਆਨ ਨੂੰ, ਪ੍ਰਭੂ ਪਰਮਾਤਮਾ ਦੇ ਨਾਮ ਦੀ ਜਾਗ ਲਾਉਣ ਦੀ। ਅਤੇ ਜਿਸ ਦਿਨ ਦਹੀਂ ਨੂੰ ਜਾਗ ਲੱਗਦੀ ਹੈ, ਜਦੋਂ ਦਹੀਂ ਬਣ ਜਾਂਦਾ ਹੈ, ਫਿਰ ਉਸ ਨੂੰ ਸੁਚੱਜੀ ਮਾਂ ਰਿੜਕਦੀ ਹੈ। ਫਿਰ ਰਿੜਕਣ ਦਾ ਵੀ ਤੰਗ ਹੈ। ਮਾਂ ਕਹਿੰਦੀ ਹੈ ਬੇਟਾ ਹੌਲੀ ਹੌਲੀ ਰਿੜਕੀ, ਦੇਖੀ ਸਾਰਾ ਮੱਖਣ ਖਰਾਬ ਹੋ ਜਾਏਗਾ, ਜਾਂ ਕਿਤੇ ਭਾਂਡਾ ਨਾ ਤੋੜ ਦੇਈਂ। ਸਹਿਜ ਬਿਲੋ ਜੈਸੇ ਤਤ ਨਾ ਜਾਈ। ਬਾਬੇ ਨਾਨਕ ਨੇ ਬਾਣੀ ਦੁਨਿਆਵੀ ਉਦਾਹਰਨਾਂ ਦੇ ਕਰਕੇ ਸਮਝਾਇਆ, ਸਹਿਜ ਬਿਲੋ, ਹੌਲੀ ਹੌਲੀ ਇਸ ਨੂੰ ਬੁਲਾਉਣਾ ਕਰ। ਅਸੀਂ ਤਾਂ ਨਾਮ ਪੜ੍ਹਦੇ ਹਾਂ, ਸਾਡੇ ਮੁੱਖ ਚੋਂ ਬਚਨ ਕਿਆ ਕੰਨ ਤੱਕ ਨਹੀਂ ਪਹੁੰਚਦਾ, ਪਿੱਛੇ ਵਾਹਿਗੁਰੂ 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 ਇਤਨਾ ਕਰੀ ਜਾਂਦੇ ਹਾਂ, ਉਹਦਾ ਕੀ ਅਸਰ ਹੈ? ਬਾਣੀ ਤਾਂ ਕਹਿੰਦੀ ਸਹਿਜ ਬਿਲੋਵੋ, ਟਿਕਾ ਦੇ ਨਾਲ ਦੇਖੀ ਕਿਤੇ ਭਾਂਡਾ ਨਾ ਤੋੜ ਲਈ, ਅਤੇ ਜਿਹੜਾ ਭਾਂਡੇ 'ਚ ਅੰਮ੍ਰਿਤ ਪਿਆ ਹੀ ਉਹ ਵੀ ਖਰਾਬ ਹੋ ਜਾਣਾ, ਕੁਝ ਵੀ ਹੱਥ 'ਚ ਨਹੀਂ ਆਉਣਾ ਤੇਰੇ। ਬਾਣੀ ਨੂੰ ਸਮਝੀਏ, ਬਾਣੀ ਨੂੰ ਸਮਝ ਕੇ ਵਿਚਾਰ ਕਰਕੇ ਜਿਸ ਦਿਨ ਅਸੀਂ ਜਪਾਂਗੇ ਨਾ, ਅਵਸਥਾ ਬਣ ਜਾਏਗੀ ਹਾਥ ਪਾਵ ਕਰ ਕਾਮ ਸਭ ਚੀਤ ਨਿਰੰਜਨ ਨਾਲ, ਤੇਰਾ ਚਿੱਤ ਪਰਮਾਤਮਾ ਦੇ ਨਾਲ ਜੁੜ ਜਾਏਗਾ, ਫਿਰ ਭਾਵੇਂ ਤੂੰ ਦੁਨਿਆਵੀ ਕੰਮ ਕਰਦਾ ਹੈ। ਇਹ ਅਵਸਥਾ ਹੈ ਸਾਸ ਸਾਸ ਸਿਮਰੋ ਗੋਬਿੰਦ ਦੀ। ਜੇ ਬਾਣੀ ਕਹਿੰਦੀ ਹੁੰਦੀ ਨਾ ਕਿ ਭਾਈ ਤੂੰ ਸਾਸ ਸਾਸ ਸਿਮਰਾਂ ਨਾ, ਹਰ ਇੱਕ ਸਵਾਸ ਦੇ ਨਾਲ ਰੱਬ ਦਾ ਨਾਮ ਜਪ, ਕਹਿੰਦਾ ਮੈਂ ਕੰਮ ਕਿਵੇਂ ਕਰਾਂਗਾ, ਮੈਂ ਬੋਲਾਂਗਾ ਕਿਵੇਂ, ਮੇਰੇ ਤੋਂ ਨਹੀਂ ਹੋਣਾ। ਕਿਉਂਕਿ ਸਾਡੇ ਲੋਕਾਂ ਨੇ ਕੁਝ ਇਹ ਧਾਰਨ ਕਰ ਦਿੱਤਾ ਕਿ ਭਾਈ ਚੌਂਕੜਾ ਲਗਾ ਲੈ, ਤੂੰ ਸਮਾਧੀ ਲਗਾ ਲੈ। ਕਈਆਂ ਨੇ ਕੁਝ ਘੰਟੇ ਲਗਾਈ, ਜਦੋਂ ਦੇਖਿਆ ਕਿ ਘਰ ਦਾ ਕਾਰੋਬਾਰ ਸਾਰਾ ਰੁਕ ਗਿਆ ਏ, ਬਾਬਾ ਆ ਫੜ ਆਪਣੀ ਮਾਲਾ, ਮੇਰੇ ਤੋਂ ਨਹੀਂ ਜੱਪੀ ਜਾਂਦੀ। ਜਿਸ ਦਿਨ ਦੀ ਜੱਪੀ ਆ, ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਪਤਨੀ ਕਹਿੰਦੀ ਹੈ ਕਿ ਤੁਸੀਂ ਉੱਠ ਕੇ ਕੰਮ ਨਹੀਂ ਕਰਦੇ, ਕੰਮ ਨਹੀਂ ਕਰੋਗੇ ਤਾਂ ਬੱਚਿਆਂ ਦਾ ਕੰਮ ਕਿਵੇਂ ਚੱਲੇਗਾ? ਪਰ ਬਾਬੇ ਨਾਨਕ ਦਾ ਤਾਂ ਸਿਧਾਂਤ ਕਹਿੰਦਾ ਕਿਰਤ ਕਰੋ, ਨਾਮ ਜਪੋ। ਨਾਮ ਹੈ ਕਿ
ਕੱਲਾ ਜਪਣਾ ਹੀ, ਚੌਂਕੜਾ ਲਗਾ ਲੈਣਾ ਨਾਮ ਹੈ? ਨਹੀਂ ਨਹੀਂ, ਲੋੜ ਹੈ ਸਮਝਣ ਦੀ, ਜਿਹਨੇ ਉਸ ਪਰਮਾਤਮਾ ਦੀ ਯਾਦ ਵਿੱਚ ਚਿੱਤ ਨੂੰ ਜੋੜ ਲਿਆ ਹੈ। ਕੋਈ ਵੀ ਕਾਰਜ ਕਰਦਾ ਹੈ ਪਰਮਾਤਮਾ ਨੂੰ ਸਨਮੁਖ ਰੱਖ ਕੇ ਕਰਦਾ ਹੈ। ਅੰਮ੍ਰਿਤ ਵੇਲੇ ਉੱਠੇ ਆਏ, ਅਵਸਥਾ ਬਣਾ ਲਈ ਸੌਂਦੇ, ਵਾਹ ਵਾਹ ਉੱਚਰੇ ਉੱਠਦੇ ਪੀ ਵਾਹ ਕਰੇਨ ਉੱਠਿਆ ਹੈ ਪਰਮਾਤਮਾ ਤੇਰਾ ਸ਼ੁਕਰ ਹੈ ਦਾਤਿਆ, ਅੱਖਾਂ ਖੁੱਲੀਆਂ ਏ, ਸੰਸਾਰ ਵਿੱਚ ਇੱਕ ਦਿਨ ਹੋਰ ਦਿੱਤਾ ਏ, ਇੱਕ ਘੜੀ ਹੋਰ ਦਿੱਤੀ ਹੋ, ਇੱਕ ਪਲ ਹੋਰ ਦਿੱਤਾ ਏ, ਤੇਰਾ ਦਾਤਿਆ ਸ਼ੁਕਰ ਹੈ, ਕਿਰਪਾ ਕਰੀ ਇਹ ਪਲ ਤੇਰੇ ਯਾਦ ਵਿੱਚ ਬਤੀਤ ਹੋਵੇ। ਇਹ ਘੜੀ ਤੇਰਾ ਨਾਮ ਜਪਦਿਆਂ ਬਤੀਤ ਹੋਵੇ, ਇਹ ਘੜੀ ਤੇਰੇ ਅੰਮ੍ਰਿਤ ਰੂਪੀ ਜਲ ਨੂੰ ਪੀਂਦਿਆਂ ਬਤੀਤ ਹੋਵੇ। ਦੇਖੀ ਕਿਤੇ ਪਾਤਸ਼ਾਹ ਇਸ ਮੁੱਖ ਦੇ ਵਿੱਚ ਮੈਂ ਕਿਤੇ ਜ਼ਹਿਰ ਨਾ ਪਾਉਣ ਲੱਗ ਜਾਵਾਂ, ਕਿਉਂਕਿ ਸਾਡੇ ਹਾਲਾਤ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਨੂੰ ਜ਼ਹਿਰ ਮਿੱਠਾ, ਜਦ ਤੱਕ ਸਾਨੂੰ ਜ਼ਹਿਰ ਦੀ ਪਛਾਣ ਨਹੀਂ ਅੰਮ੍ਰਿਤ ਦੀ ਵਿਆਖਿਆ ਨਹੀਂ ਕਰ ਸਕਦੇ ਅਸੀਂ, ਜਦ ਤੱਕ ਸਾਨੂੰ ਝੂਠ ਦੀ ਪਹਿਚਾਣ ਨਹੀਂ ਸੱਚ ਨੂੰ ਪਛਾਣ ਨਹੀਂ ਸਕਦੇ। ਪਰ ਕਮਾਲ ਦੀ ਗੱਲ, ਅਸੀਂ ਸੱਚ ਨੂੰ ਪਛਾਣਨ ਦਾ ਯਤਨ ਕਰਦੇ ਹਾਂ ਪਰ ਝੂਠ ਨੂੰ ਪਛਾਣਦੇ ਨਹੀਂ। ਅਸੀਂ ਅੰਮ੍ਰਿਤ ਨੂੰ ਪਛਾਣਨ ਦਾ ਯਤਨ ਤਾਂ ਕਰਦੇ ਹਾਂ ਪਰ ਜ਼ਹਿਰ ਨੂੰ ਪਛਾਣਨ ਦੀ ਯਤਨ ਨਹੀਂ ਕਰਦੇ ਕਿ ਜ਼ਹਿਰ ਕੀ ਹੈ। ਬਾਬਾ ਜੀ ਕਹਿੰਦੇ ਪਹਿਲਾਂ ਜ਼ਹਿਰ ਨੂੰ ਪਛਾਣ ਕਿ ਜ਼ਹਿਰ ਹੈ ਕੀ। ਜਿਸ ਦਿਨ ਤੂੰ ਜ਼ਹਿਰ ਦੀ ਪਛਾਣ ਆ ਗਈ ਤੈਨੂੰ ਸੱਚ ਦੀ ਪਛਾਣ ਕਰਨੀ ਆ ਜਾਏਗੀ, ਅਤੇ ਜਿਸ ਦਿਨ ਜ਼ਹਿਰ ਦੀ ਪਛਾਣ ਨਾ ਨਾ ਕਰ ਪਾਇਆ ਤਾਂ ਸੱਚ ਨੂੰ ਵੀ ਨਹੀਂ ਪਛਾਣ ਸਕਦਾ, ਜ਼ਹਿਰ ਕੀ ਹੈ ਅਤੇ ਸੱਚ ਕੀ ਹੈ। ਜਿਸ ਦਿਨ ਤੂੰ ਬਾਣੀ ਪੜ੍ਹੇਗਾ, ਜਿਸ ਦਿਨ ਤੂੰ ਬਾਣੀ ਨੂੰ ਵਿਚਾਰੇਗਾ, ਉਸ ਦਿਨ ਤੈਨੂੰ ਪਤਾ ਲੱਗ ਜਾਏਗਾ ਸੱਚ ਕੀ ਹੈ ਅਤੇ ਜ਼ਹਿਰ ਕੀ ਹੈ, ਅੰਮ੍ਰਿਤ ਕੀ ਹੈ ਅਤੇ ਜ਼ਹਿਰ ਕੀ ਹੈ, ਸੱਚ ਕੀ ਹੈ ਅਤੇ ਝੂਠ ਕੀ ਹੈ। ਅਤੇ ਫਿਰ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਜਿਹੜੇ ਪੜ੍ਹ ਹੀ ਨਹੀਂ ਪਾਉਂਦੇ ਉਹ ਕਿਵੇਂ ਪੜ੍ਹਨ ਬਾਬੇ ਦੀ ਬਾਣੀ। ਕਿੰਨਾ ਵੀ ਅਨਪੜ੍ਹ ਬੰਦਾ ਹੋਵੇ ਪੈਸੇ ਦੀ ਕਾਊਂਟਿੰਗ ਕਰਾ ਦਿਉ ਸਭ ਤੋਂ ਫਾਸਟ ਕਰੇਗਾ। ਕਿ ਅਨਪੜ੍ਹ ਬੰਦਾ ਪਰਿਵਾਰ ਨੂੰ ਪਾਲਦਾ ਨਹੀਂ? ਮੈਂ ਦੁਨਿਆਵੀ ਪੜ੍ਹਾਈ ਦੀ ਗੱਲ ਕਰ ਰਿਹਾ ਕਿ ਜਿਹੜੇ ਪੜ੍ਹੇ ਲਿਖੇ ਨਹੀਂ ਗੇ ਉਹ ਖੇਤੀਬਾੜੀ ਕਰਨੀ ਨਹੀਂ ਜਾਣਦੇ, ਸ਼ਾਇਦ ਪੜ੍ਹਿਆ ਲਿਖਿਆ ਨਾਲੋਂ ਜ਼ਿਆਦਾ ਵਧੀਆ ਕਰਦੇ ਨੇ। ਅਸੀਂ ਰੱਬ ਦੇ ਸਿਧਾਂਤ ਨੂੰ ਇੱਕ ਵੱਖਰਾ ਤਰੀਕਾ ਦੇ ਦਿੱਤਾ, ਵੱਖਰਾ ਪੈਮਾਨਾ ਦੇ ਦਿੱਤਾ ਕਿ ਚੌਂਕੜਾ ਲਗਾ ਲਓ ਜੀ, ਬਸ ਉੱਠਿਆ ਜੇ ਨਾ। ਸਰੀਰ ਤੇ ਇੱਕ ਸਮਾਧੀ ਦੇ ਵਿੱਚ ਜੁੜਿਆ ਹੈ ਕਿ ਮਨ ਵੀ ਜੁੜਿਆ ਹੈ। ਸਮਾਧੀਆਂ ਤੇ ਜੋਗੀਆਂ ਨੇ ਕਈ ਸਾਲਾਂ ਹਜ਼ਾਰਾਂ ਸਾਲਾਂ ਤੋਂ ਲਗਾਈ ਰੱਖੀਆਂ। ਬਾਬੇ ਨਾਨਕ ਨੇ ਜਾ ਕੇ ਹਲੂਣਾ ਮਾਰਿਆ, ਉੱਠੋ ਕਿੱਥੇ ਸੁੱਤੇ ਪਏ ਹੋ। ਜੇ ਇਕੱਲਾ ਸਮਾਧੀ ਲਗਾਉਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਤੇ ਬਾਬੇ ਨਾਨਕ ਨੂੰ ਜੋਗੀਆਂ ਨੂੰ ਹਲੂਣਾ ਦੇਣ ਦੀ ਲੋੜ ਨਹੀਂ ਸੀ। ਕੀ ਲੋੜ ਪਈ ਸੀ ਬਾਬੇ ਨਾਨਕ ਨੂੰ ਜੋਗੀਆਂ ਨੂੰ ਠਾਲਣ ਦੀ? ਕੋਈ ਪਾਣੀ ਦੇ ਵਿੱਚ ਖਲੋਤਾ ਹੈ, ਕੋਈ ਪੁੱਠਾ ਲਟਕ ਕੇ ਕਈ ਸਾਲਾਂ ਤੋਂ ਲਟਕਿਆ ਹੋਇਆ ਹੈ, ਕਈਆਂ ਨੇ ਵਸਤਰ ਹੀ ਧਾਰਨ ਨਹੀਂ ਕੀਤੇ। ਕਮਾਲ ਦੀ ਗੱਲ ਹੈ, ਪਿੱਛੇ ਜੇ ਵੀਡੀਓ ਆਈ ਇੱਕ, ਕੋਈ ਸਾਡੇ ਸਾਹਮਣੇ ਕੱਪੜੇ ਲਾਹ ਕਰਕੇ ਖੜਾ ਹੋ ਜਾਵੇ ਤੇ ਅਸੀਂ ਜੁੱਤੀਆਂ ਮਾਰਨ ਤੱਕ ਜਾਂਦੇ ਹਾਂ, ਤੈਨੂੰ ਸ਼ਰਮ ਨਹੀਂ ਆਉਂਦੀ? ਧੀਆਂ ਭੈਣਾਂ ਨਹੀਂ ਦੇਖਦੀਆਂ? ਪਰ ਕਮਾਲ ਦੀ ਗੱਲ ਹੈ, ਇੱਕ ਬੰਦਾ ਕੱਪੜਾ ਲਾ ਕੇ ਸਾਧ ਬਣ ਗਿਆ, ਕਹਿੰਦਾ ਇਹ ਤੇ ਸੰਤ ਹੈ, ਤਨ ਤੇ ਇੱਕ ਕੱਪੜਾ ਵੀ ਨਹੀਂ, ਉਹਦੀ ਪੂਜਾ ਕਰਦੇ ਪਏ ਨੇ, ਉੱਥੇ ਧੀਆਂ ਨੇ, ਉੱਥੇ ਸਾਡੀਆਂ ਭੈਣਾਂ ਨੇ। ਲੋੜ ਹੈ ਸੁਚੇਤ ਹੋਣ ਦੀ, ਅਸੀਂ ਸਮਝ ਕਿੱਥੇ ਬੈਠੇ? ਗੁਰੂ ਨੂੰ ਸਮਝਿਆ ਨਹੀਂ ਅਸੀਂ, ਅਸੀਂ ਬਾਬੇ ਦੀ ਬਾਣੀ ਨੂੰ ਅੰਮ੍ਰਿਤ ਨੂੰ ਸਮਝਿਆ ਨਹੀਂ। ਅਸੀਂ ਨਾ ਹੀ ਬਿਖ ਦੀ ਪਛਾਣ ਕਰ ਸਕੇ ਹਾਂ ਅਤੇ ਨਾ ਹੀ ਅੰਮ੍ਰਿਤ ਦੀ ਪਹਿਚਾਣ ਕਰ ਸਕੇ ਹਾਂ। ਜਦ ਤੱਕ ਅਸੀਂ ਬਿਖ ਦੀ ਪਹਿਚਾਣ ਨਹੀਂ ਕਰਦੇ ਅੰਮ੍ਰਿਤ ਦੀ ਪਹਿਚਾਣ ਹੋ ਹੀ ਨਹੀਂ ਸਕਦੀ। ਬਾਬੇ ਨਾਨਕ ਨੇ ਪਹਿਲਾਂ ਤੋੜੇ ਆਏ ਫਿਰ ਜੋੜੇ ਆਏ। ਅਸੀਂ ਕਹਿੰਦੇ ਬਾਬਾ ਨਾਨਕ ਤਾਂ ਜੋੜਦਾ ਹੈ, ਤੋੜਦਾ ਥੋੜੋ ਹੈ।
ਸੰਸਾਰ ਦੇ ਮੋਹ ਮਾਇਆ ਨਾਲੋਂ ਤੋੜ ਦਿੱਤਾ ਅਤੇ ਬਾਬੇ ਨਾਨਕ ਦੀ ਬਾਣੀ ਨੇ ਉਸ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ। ਜਦ ਤੱਕ ਟੁੱਟੇਗਾ ਨਹੀਂ ਅਤੇ ਜੁੜੇਗਾ ਨਹੀਂ। ਕੋਈ ਵੀ ਵਸਤੂ ਭਾਂਡਾ ਬਣਦਾ ਹੈ, ਪਹਿਲਾਂ ਉਹਨੂੰ ਬਣਾਉਣ ਵਾਲਾ ਕੱਟਦਾ ਹੈ, ਉਹਦੀ ਕਟਿੰਗ ਕਰਦਾ ਹੈ, ਤੋੜਦਾ ਹੈ, ਫਿਰ ਉਸਨੂੰ ਟਾਂਕੇ ਲਗਾ ਕੇ ਜੋੜਦਾ ਹੈ, ਤਾਂ ਜਾ ਕੇ ਭਾਂਡਾ ਬਣਦਾ ਹੈ, ਤਾਂ ਉਹਦੇ ਵਿੱਚ ਜਾ ਕਰਕੇ ਵਸਤੂ ਟਿਕਦੀ ਹੈ। ਅਤੇ ਜਿਨ੍ਹਾਂ ਨੇ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨੇ ਅੰਮ੍ਰਿਤ ਰਸ ਪੀਜੈ, ਜਿਸ ਦਿਨ ਇਸ ਜੀਵ ਇਸਤਰੀ ਨੇ ਜਿੰਦ ਨੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਰਸ ਨੂੰ ਪੀਣਾ ਕੀਤਾ, ਜਿਸ ਦਿਨ ਪੀ ਲਿਆ ਅਤੇ ਹੋਇਆ ਕੀ, ਉਲਟਿਓ ਕਮਲ ਬ੍ਰਹਮ ਵਿਚਾਰ। ਜਿਹੜਾ ਭਟਕਣਾ ਦੇ ਰਸਤਿਆਂ ਦੇ ਵਿੱਚ ਚੱਲਿਆ ਫਿਰਦਾ ਸੀ ਨਾ, ਆਪਣੇ ਮਨ ਦੇ ਦੱਸੇ ਹੋਏ ਰਸਤਿਆਂ 'ਤੇ ਤੁਰਦਾ ਸੀ, ਅੱਜ ਗੁਰੂ ਨੇ ਬਾਂਹ ਫੜ ਕੇ ਨਾ ਸਿੱਧੇ ਰਾਹ ਦੇ ਉੱਤੇ ਖੜਾ ਕਰ ਦਿੱਤਾ ਹੈ। ਉਲਟਿਓ ਕਮਲ ਬ੍ਰਹਮ ਵਿਚਾਰ, ਪਰਮਾਤਮਾ ਦੀ ਵਿਸਿਪਤ ਸਲਾਹ ਕੀਤਿਆਂ ਗਲਤ ਰਸਤੇ ਤੋਂ ਬੰਦਾ ਚੱਲਦਾ ਹੋਇਆ ਸਿੱਧੇ ਰਾਹ ਵੱਲ ਪੈ ਗਿਆ। ਹੁਣ ਵੇਖੋ ਨਾ, ਅੱਖਾਂ ਤੋਂ ਨੇਤਰਹੀਨ ਬੰਦਾ ਹੈ, ਰਾਹ ਦੇ ਉੱਤੇ ਤੁਰਦਾ ਹੈ, ਉਹ ਨਾਲੇ ਕਹਿੰਦਾ ਕਿ ਭਾਈ ਮੈਂ ਗਲਤ ਰਸਤੇ 'ਤੇ ਤਾਂ ਨਹੀਂ ਜਾ ਰਿਹਾ। ਜਿਹੜਾ ਕਹਿੰਦਾ ਹਾਂ ਬਈ ਗਲਤ ਰਸਤੇ, ਬਾਂਹ ਫੜ ਕੇ ਦੂਜੇ ਰਾਹ 'ਤੇ ਪਾ ਦਿੰਦਾ ਹੈ, ਉਸੇ ਰਸਤੇ 'ਤੇ ਤੁਰਨ ਲੱਗ ਜਾਂਦਾ ਹੈ। ਅਸੀਂ ਸਮਝੀਏ ਕਿ ਅਸੀਂ ਨੇਤਰਹੀਣ ਹਾਂ, ਆਪਣੇ ਆਪ ਨੂੰ ਸੁਜਾਖਾ ਨਾ ਸਮਝੀਏ। ਅਤੇ ਗੁਰੂ ਨੂੰ ਆਪਣੇ ਹੱਥ ਦੀ ਛੜੀ ਬਣਾ ਲਈਏ ਕਿ ਪਾਤਸ਼ਾਹ ਜੀ, ਜੋ ਤੁਸੀਂ ਕਹੋਗੇ, ਜਿੱਧਰ ਦਾ ਤੁਸੀਂ ਪੈਮਾਨਾ ਦਿਓਗੇ, ਮੈਂ ਉੱਧਰ ਨੂੰ ਚੱਲਣਾ ਹੈ। ਬਾਂਹ ਫੜਾਈਏ ਬਾਬੇ ਨਾਨਕ ਨੂੰ। ਅਤੇ ਜਿਸ ਦਿਨ ਅਸੀਂ ਆਪਣੀ ਬਾਂਹ ਬਾਬੇ ਨਾਨਕ ਨੂੰ ਫੜਾ ਦਿੱਤੀ, ਜਿਸ ਦਿਨ ਅਸੀਂ ਆਵਾਜ਼ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਜੀ ਜਿਉਂ ਚਲਾਵੇਂ ਤਿਉਂ ਚੱਲੇ ਸੁਆਮੀ, ਕਿ ਪਾਤਸ਼ਾਹ ਜਿਵੇਂ ਤੁਸੀਂ ਚਲਾਓਗੇ ਮੈਂ ਤਿਵੇਂ ਹੀ ਚੱਲਾਂਗਾ, ਜਿਹੜੇ ਰਸਤੇ 'ਤੇ ਤੁਸੀਂ ਲਿਜਾਣਾ ਚਾਹੁੰਦੇ ਹੋ, ਮੇਰੀ ਕੀ ਪਾਇਆ ਕਿ ਮੈਂ ਆਪਣੇ ਅਨੁਸਾਰ ਕਿਸੇ ਰਸਤੇ 'ਤੇ ਚੱਲ ਸਕਾਂ, ਮੈਂ ਤਾਂ ਨੇਤਰਹੀਣ ਹਾਂ, ਅੰਧਾ ਹਾਂ, ਮੈਨੂੰ ਤਾਂ ਦਿਸਦਾ ਹੀ ਕੁਝ ਨਹੀਂ, ਪਰ ਆਪ ਜੀ ਕਿਰਪਾ ਕਰੋ, ਕਿਹੜੇ ਰਸਤੇ 'ਤੇ ਜਾਣਾ ਹੈ, ਆਪ ਜੀ ਰਸਤਾ ਦਿਖਾਓ। ਫਿਰ ਜੋ ਗੁਰੂ ਬਚਨ ਕਰਦਾ ਹੈ ਫਿਰ ਉਹ ਮੰਨ। ਜਿਹੜਾ ਰਸਤੇ ਸਿੱਧੇ ਰਸਤੇ 'ਤੇ ਤੁਰਨਾ ਚਾਹੁੰਦਾ ਹੈ ਨਾ, ਉਹ ਬਾਬੇ ਦੇ ਬਚਨਾਂ ਨੂੰ ਫਿਰ ਮੰਨਦਾ ਵੀ ਹੈ। ਮੰਨੀਏ ਇਸ ਗੱਲ ਨੂੰ, ਐਕਸੈਪਟ ਕਰੀਏ ਕਿ ਅਸੀਂ ਗਲਤ ਰਸਤੇ 'ਤੇ ਤੁਰਦੇ ਪਏ ਹਾਂ। ਫਿਰ ਜਿਨ੍ਹਾਂ ਨੇ ਬਾਬੇ ਦੀ ਬਾਣੀ ਨੂੰ ਵਿਚਾਰ ਲਿਆ, ਜਿਨ੍ਹਾਂ ਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਇਸ ਬਾਣੀ ਨੂੰ ਅੰਮ੍ਰਿਤ ਰਸ ਨੂੰ ਪੀਣਾ ਸ਼ੁਰੂ ਕਰ ਦਿੱਤਾ, ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ, ਉਸਦੇ ਇਸ ਦਿਮਾਗ ਦੇ ਵਿੱਚ ਜਿਸਨੇ ਪਰਮਾਤਮਾ ਰੱਬ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ, ਫਿਰ ਉਸਦੀ ਮਤ ਵਿੱਚ ਕੀ ਹੁੰਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਨਿਤਾ ਪ੍ਰਤੀ ਫਿਰ ਉਹ ਪਰਮਾਤਮਾ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ। ਤ੍ਰਿਭਵਨ ਵਿਦਿਆ ਆਪ ਮੁਰਾਰ, ਸਮਝ ਆ ਗਈ ਕਿ ਸਭ ਕਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਸਮਝ ਆ ਗਈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਸਮਝ ਆ ਗਈ ਕਿ ਪਾਛੇ ਤੇਰੇ ਤੋਂ ਵੱਡਾ ਕੋਈ ਨਹੀਂ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕਿੱਡਾ ਕੁ ਵੱਡਾ ਹੈ, ਕੋਈ ਜਾਣ ਨਹੀਂ ਸਕਦਾ, ਉਹ ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ, ਤੁਧ ਬਿਨ ਦੂਜਾ ਨਹੀਂ ਕੋਈ, ਤੂੰ ਕਰਤਾਰ ਕਰੇ ਸੋ ਹੋਏ, ਕਿ ਇਹ ਅਕਾਲ ਪੁਰਖ ਜੀ ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ, ਇਹ ਪੂਰੇ ਸੰਸਾਰ ਨੂੰ ਆਪ ਜੀ ਹੀ ਚਲਾ ਰਹੇ ਹੋ। ਪਹਿਲਾਂ ਮੰਨੀਏ ਇਸ ਗੱਲ ਨੂੰ, ਪਹਿਲਾਂ ਐਕਸੈਪਟ ਕਰੀਏ ਕਿ ਉਹਦੇ ਵਰਗਾ ਦੂਜਾ ਹੈ ਹੀ ਨਹੀਂ। ਅਤੇ ਜਦੋਂ ਮੈਂ ਮੰਨ ਲਿਆ, ਜਦੋਂ ਮੈਨੂੰ ਪਤਾ ਹੈ ਕਿ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੋਇਆ ਹੀ ਨਹੀਂ, ਊਹਾਂ ਤੋ ਜਾਈਏ ਜੋ ਇਹਾਂ ਨਾ ਹੋਵੇ,
ਮੈਂ ਉੱਥੇ ਤੇ ਤਾਂ ਜਾਵਾਂ ਜੇ ਇਸ ਘਰ ਦੇ ਵਿੱਚ ਕੱਖ ਨਾ ਹੋਵੇ, ਮੈਂ ਉਹਦੇ ਕੋਲ ਤਾਂ ਮੰਗਾਂ ਜਾ ਕਰਕੇ ਜੇ ਮੇਰੇ ਘਰ ਨਾ ਹੋਵੇ। ਘਰੇ ਮੋਟਰਸਾਈਕਲ ਖਲੋਤਾ ਹੈ, ਗੱਡੀ ਖਲੋਤੀ ਹੈ, ਕਿ ਬੰਦਾ ਦੂਜੇ ਘਰ ਮੰਗਣ ਜਾਏਗਾ? ਨਹੀਂ ਜਾਏਗਾ। ਜੇ ਜਾਏਗਾ ਵੀ ਤੇ ਵੇਖਣ ਵਾਲੇ ਕਹਿ ਦਿੰਦੇ ਘਰੇ ਤੇਰੇ ਤੇਰੇ ਗੱਡੀ ਆਪਦੀ ਖਲੋਤੀ ਹੈ, ਤੂੰ ਮੰਗਦਾ ਫਿਰਦਾ ਹੈ, ਨਾਲੇ ਤੇ ਫਟਕਾਰਾਂ ਪੈਣਗੀਆਂ ਤੇ ਮੰਗਿਆ ਕੁਝ ਪ੍ਰਾਪਤ ਨਹੀਂ ਹੋਣਾ। ਸਾਡੇ ਹਿਰਦੇ ਦੇ ਵਿੱਚ ਸਭ ਕੁਝ ਹੈ, ਇਸ ਭਾਂਡੇ ਦੇ ਵਿੱਚ ਸਭ ਕੁਝ ਹੈ, ਪਰ ਕਮਾਲ ਦੀ ਗੱਲ ਹੈ ਜਿਸ ਰੱਬ ਨੂੰ ਅਸੀਂ ਭਾਲਣ ਵਾਸਤੇ ਬਾਹਰ ਭਟਕਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤੇ, ਭਾਈ ਕਾਹਦੇ ਵਾਸਤੇ ਬਾਹਰ ਭਟਕਦਾ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਘਰ ਦੇ ਵਿੱਚ ਇਹ ਅੰਮ੍ਰਿਤ ਸਰੋਵਰ ਦਾ ਕੁੰਟ ਹੈ, ਪਰ ਜਿਹੜੇ ਮਨਮੁੱਖ ਨੇ ਆਪਣੇ ਮਨ ਦੇ ਅਨੁਸਾਰ ਤੁਰੇ ਫਿਰਦੇ ਨੇ, ਉਹਨਾਂ ਨੇ ਇਹਦਾ ਸਵਾਦ ਵੀ ਨਾ ਚੱਖਿਆ, ਰਸ ਵੀ ਨਾ ਮਾਣ ਸਕੇ। ਬਾਹਰ ਭਟਕਦਾ ਏ ਇਸ ਰਸ ਨੂੰ ਲੱਭਣ ਦੇ ਲਈ। ਪਾਤਸ਼ਾਹ ਜੀ ਕਹਿੰਦੇ ਨਾਮ ਦੀ ਜਾਗ ਲਗਾ ਇਸ ਨੂੰ, ਸਿਫਤ ਸਲਾਹ ਦੇ ਵਿੱਚ ਜੁੜ ਜਾ, ਭਟਕਣਾ ਛੱਡ ਦੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਇਓ, ਤੇ ਤੇਰੇ ਨਾਲ ਵੱਸਦਾ ਏ। ਅੱਛਾ ਜੀ, ਕਿਵੇਂ ਵੱਸਦਾ ਹੈ ਪਾਤਸ਼ਾਹ? ਪਾਤਸ਼ਾਹ ਜੀ ਬਚਨ ਕਿਤੇ, ਪੁਹਪ ਮੱਧ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ ਭਲਿਆ, ਆਪਣੇ ਹਿਰਦੇ ਦੇ ਵਿੱਚ ਹੀ ਉਸ ਨੂੰ ਲੱਭਣ ਦਾ ਯਤਨ ਕਰ। ਘਰ ਦੇ ਵਿੱਚ ਕੀਮਤੀ ਚੀਜ਼ ਗਵਾਚ ਜਾਏ, ਬੰਦਾ ਪੂਰੇ ਘਰ ਨੂੰ ਇੱਧਰ ਦਾ ਉੱਧਰ ਕਰ ਦਿੰਦਾ ਹੈ, ਪਰ ਉਸ ਨੂੰ ਲੱਭ ਲੈਂਦਾ ਹੈ, ਕਿਉਂਕਿ ਪਤਾ ਇਹ ਚੀਜ਼ ਕੀਮਤੀ ਹੈ। ਕੀ ਅਸੀਂ ਪਰਮਾਤਮਾ ਦੇ ਨਾਮ ਤੋਂ ਵੱਡੀ ਕੋਈ ਕੀਮਤੀ ਚੀਜ਼ ਹੈ ਸਾਡੇ ਲਈ? ਨਹੀਂ ਨਾ। ਫਿਰ ਇਸ ਨੂੰ ਲੱਭਣ ਦੇ ਲਈ ਯਤਨ ਕਿਉਂ ਨਹੀਂ ਕਰਦੇ? ਇਸ ਨੂੰ ਲੱਭਣ ਦੇ ਲਈ ਇਹ ਮੋਹ ਮਾਇਆ ਦੇ ਝਮੇਲੇ ਕਿਉਂ ਨਹੀਂ ਛੱਡ ਦਿੰਦੇ? ਇਹ ਤਾਂ ਹੀ ਛੁੱਟਣਗੇ। ਕਦੋਂ ਛੁੱਟਣਗੇ? ਹੀਰਾ ਹੱਥ ਚੜਿਆ ਨਿਰਮੋਲਕ, ਜਿਸ ਦਿਨ ਪਰਮਾਤਮਾ ਦੇ ਨਾਮ ਦਾ ਹੀਰਾ ਹੱਥ ਦੇ ਵਿੱਚ ਆ ਗਿਆ ਤੇ ਹੋਏਗਾ ਕੀ? ਛੂਟ ਗਈ ਸੰਸਾਰੀ, ਪਹਿਲਾਂ ਵੀ ਬਚਨ ਕੀਤੇ ਤਿਆਗਣਾ ਤੇ ਛੁੱਟ ਜਾਣਾ ਵਿੱਚ ਫਰਕ ਹੈ। ਹੁਣ ਬੰਦਾ ਕੋਈ ਕਹੇ ਮੈਂ ਤਾਂ ਧੀਆਂ ਪੁੱਤਰ ਤਿਆਗ ਦਿੱਤੇ ਨੇ, ਮੈਂ ਤਾਂ ਗ੍ਰਸਤ ਤਿਆਗ ਦਿੱਤਾ ਹੈ, ਕਾਹਦੇ ਵਾਸਤੇ? ਨਾ ਜੀ, ਨਾ ਗ੍ਰਸਤੀ ਦੇ ਵਿੱਚ ਰਿਹਾ, ਇੰਨੇ ਝਮੇਲੇ ਪੈ ਜਾਂਦੇ ਨੇ, ਪਰਮਾਤਮਾ ਦਾ ਨਾਮ ਕਿਵੇਂ ਜਪਾਂਗੇ? ਪਾਤਸ਼ਾਹ ਜੀ ਕਹਿੰਦੇ ਇੱਥੇ ਫੇਲ ਹੈ ਤੂੰ। ਜਿਹੜਾ ਕੁਝ ਤਿਆਗ ਦਿੰਦੇ ਹਾਂ ਉਹਨੂੰ ਅਸੀਂ ਸੰਤ ਜਾਂ ਬ੍ਰਹਮ ਗਿਆਨੀ ਕਹਿ ਦਿੰਦੇ ਹਾਂ, ਪਰ ਪਾਤਸ਼ਾਹ ਜੀ ਕਹਿੰਦੇ ਤਿਆਗਣ ਵਾਲਾ ਤਾਂ ਬ੍ਰਹਮ ਗਿਆਨੀ ਹੋ ਹੀ ਨਹੀਂ ਸਕਦਾ। ਹੁਣ ਇੱਕ ਬੰਦਾ ਕੀ ਕਰਦਾ ਹੈ, ਕਹਿੰਦਾ ਤਿਆਗਣਾ ਹੈ ਤੇ ਕਾਮ ਕ੍ਰੋਧ ਲੋਹ ਮੋਹ ਤਿਆਗਣਾ, ਕੀ ਇਹਨੂੰ ਤਿਆਗਿਆ ਬੰਦੇ ਨੇ? ਅੰਦਰ ਤੇ ਫਿਰ ਵੀ ਕਾਮ ਵਾਸ਼ਨਾ ਭਰੀ ਪਈ ਏ, ਅੰਦਰ ਤੇ ਫਿਰ ਵੀ ਦੁਨਿਆਵੀ ਪਦਾਰਥਾਂ ਦੀ ਭੁੱਖ ਖਤਮ ਨਹੀਂ ਹੁੰਦੀ, ਮਨ ਅੰਦਰੋਂ ਲਲਚਾਉਂਦਾ ਹੈ ਕਿ ਆਏ ਚੱਲ ਅੱਜ ਆ ਵੀ ਖਾ ਲਈਏ, ਤ੍ਰਿਸ਼ਨਾ ਹੈ ਨਾ। ਤਾਂ ਹੀ ਤਾਂ ਬਾਬੇ ਬਚਨ ਕੀਤੇ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਕਿਉਂਕਿ ਸਮਝਿਆ ਨਹੀਂ ਅਸੀਂ ਕਿ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵੱਸਦਾ ਹੈ, ਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਪਰਮਾਤਮਾ ਦੇ ਨਾਮ ਚੜ ਗਿਆ ਨਾ, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ ਭਾਵ ਕਿ ਸੰਸਾਰ ਤੋਂ ਉੱਠ ਗਿਆ। ਪਹਿਲਾਂ ਕਹਿੰਦਾ ਸੀ ਕਿ ਮੈਂ ਆਪਣੇ ਬੱਚਿਆਂ ਤੋਂ ਬਿਨਾਂ ਜੀ ਨਹੀਂ ਸਕਦਾ, ਪਹਿਲਾਂ ਕਹਿੰਦਾ ਸੀ ਮੈਂ ਮਾਤਾ ਪਿਤਾ ਤੋਂ ਬਿਨਾਂ ਜੀ ਨਹੀਂ ਸਕਦਾ, ਪਤਨੀ ਤੋਂ ਬਿਨਾਂ ਜੀ ਨਹੀਂ ਸਕਦਾ, ਇੰਨਾ ਮੋਹ ਸੀ। ਪਰ ਜਿਸ ਦਿਨ ਪਰਮਾਤਮਾ ਨੇ ਇਹ ਬਚਨ ਕੀਤੇ ਕਿ ਇਹ ਸਭ ਕਿਸੇ ਨੇ ਤੇਰੇ ਸਾਥ ਨਹੀਂ ਨਿਭਣਾ, ਜਿਨ੍ਹਾਂ ਦੇ ਕਰਕੇ ਤੂੰ ਨਿੱਤਾ ਪ੍ਰਤੀ ਵਿਰਲਾਪ ਕਰਦਾ ਰਹਿੰਦਾ ਹੈ, ਇਹਨਾਂ ਨੇ ਇੱਕ ਪਲ ਵੀ ਤੇਰੇ ਲਾਗੇ ਨਹੀਂ ਖੜੋਣਾ, ਸਮਝ ਆ ਗਈ। ਫਿਰ ਉਹ ਜਿਹੜਾ ਮੋਹ ਹੈ ਨਾ ਉਹ ਟੁੱਟ ਗਿਆ। ਪਿਆਰ ਕਰੋ ਪਰਿਵਾਰ ਨਾਲ, ਮੋਹ ਨਾ ਰੱਖੋ। ਪਿਆਰ ਤੇ ਮੋਹ ਦੇ ਵਿੱਚ ਫਰਕ ਹੈ। ਬਾਬੇ ਨਾਨਕ ਨੇ ਉੱਚਾ ਚੁੱਕ ਦਿੱਤਾ,
जे माता पिता है तो बाड़ा खुश नहीं हुंदा, ते जे माता पिता नहीं है तो भी विरलाप नहीं करता, क्योंकि उन्हें बचन पढ़े ने, तुम मात पिता हम बारक तेरे, तुमरी कृपा में सुख करे रे। उन्हें यह पढ़िया है कि आ जड़ी माँ ते आ जड़ा प्यो है, ये कदी जांदा ही नहीं, यह सदा थिर रहन वाला है। ये वो माता पिता है कि लोग सुखी है परलोक सुहेले कर देने वाला, जिन्हें इस माँ प्यो नू समझा है। हाँ, तो दुनियावी माता पिता साड़ी दुनियावी लोड़ा ने, बाणी ने समझ पा दिती, संग सखा सब तज गयो कोई ना निभ्यो, किसी ने तेरा भलिया साथ नहीं देना। समझ आ गई जदों हीरा हाथ दे विच चढ़िया। हीरा की है? परमात्मा दा नाम, परमात्मा दी बाणी। समझ पै गई जीवन दे विच कि नाम तो बिना कुछ नहीं है। अमृत धार गगन दस द्वार, ते जिन्हां नूं इह समझ आ गई कि सब कट राम बोले, रामा बोले राम, बिना को बोले रे त्रिपवन विद्या आप मुरार। अगले बचन कीते, रे मन मेरे भरम ना कीजै, मन माने अमृत रस पीजै रहाओ जन्म जीत। ते जिन्हां ने नाम जपिया है ना, जिन्हां ने प्रभु की इबादत की है, जेड़े भटकना गलत रस्ते तो भटकते हुए अस्थिर हो गए ने, सीधे राह ते पै गए ने, उन्होंने इस जन्म नू सफल कर लिया है। जन्म जीत मरण मन मान्या, उन्होंने मरण नू दुनियावी मौत नू सच मन्या कि मरण लिखाए मंडल में आए। समझ आ गई भाई मरना सच है, जीवना झूठ है, ते क्यों ना इस जीवन नू आपां सफल कर लईए। मनोरथ सी ना बंदे दा, ओ केड़ा भई प्राप्त मानक देहुरिया गोविंद मिलन की, इह तेरी बरिया परमात्मा नू मिलन दी वारी सी। जिन्हां ने इस मनोरथ नू पूरा कर लिया, जित लिया इस जन्म नू, आप मुआ मन मन ते जानिया, आपा भाव खत्म हो गया। मन दे अंदर जदों परमात्मा दे नाम नू जान लिया, जिन्हां ने समझ लिया, नज़र पई घर करते जानिया, जदों परमात्मा दी नज़र पै गई इस घर दे विच, ते समझ आ गई कि परमात्मा इस घर दे विच ही वसदा है। परमात्मा किते अलग किसी स्पैशल जगह ते नहीं, परमात्मा ते हर एक जर्रे जर्रे दे विच व्याप रहा है। समझ आ गई जत सत तीर्थ मज्जण नाम, हुण कहिंदा है तीर्थ नावण जाओ तीर्थ नाम है। समझ आ गई कि मेरे लिए तीर्थ ही नाम है। ते जिहड़े कहिंदे जत ते सत ते तीर्थ, कहिंदे मेरे वास्ते ये सारे जिन्ने जत सत दे तीर्थ ने, मेरे वास्ते परमात्मा मज्जण नाम, मेरे वास्ते तीर्थ इशनान करना प्रभु परमा, जत रखना प्रभु परमात्मा दा नाम ही है। अस्ते गृहस्थी त्याग करके कहने कि असी ब्रह्म ज्ञानी बन गए, पातशाही बाणी कहती जे सिर्फ इस करके गृहस्थ त्यागया ही, परमात्मा की प्राप्ति गृहस्थ त्यागण के नाल होंदी है। बिंद राख जो तरीए भाई खुसरे क्यों ना परम गत पाई, कहते तेरे तो पहला परम अवस्था तो खुसरिया प्राप्त हो जानी चाहिए सी, उस तक गृहस्थ जीवन धारण नहीं करते तो ना ही कर सकते ने। नंगे पैर कपड़िया तो अधीन रहना कि परमात्मा की प्राप्ति की निशानी है कि संत की निशानी है, फिर जिन्ना जानवर है नंगे पैर बिना कपड़िया तो तुरिया फिरदा है। जंगलों के विच भटकना, जंगलों के विच जा करके परमात्मा की प्राप्ति करनी, फिर तो जिन्हें भी जानवर ने वड्डे वड्डे जानवर ने खूंखार जानवर जंगल च रहिंदे ने, तेरे तो पहला तो प्राप्ति उन्होंने हो जानी चाहिए सी, पर नहीं। जत सत तीर्थ मज्जन नाम अधिक बिथार करो किस काम, मैं तां ये जत सत दा दिखावा तां करा ना जे ये किसे काम आउंदा होवे। समझ आ गई मैं ये खिलारा ते तां खिलारा जे इस खिलारे खिलारन दे नाल दुनियावी संसार नूं ते प्रभावित कर सकदा हाँ जत सत रखण दे नाल, पर परमात्मा नूं किवें प्रभावित करांगा, नहीं। नर नारायण अंतर जाम, वो जरा परमेश्वर परमात्मा है ना,
वो तो घट घट के अंतर की जानत भले बुरे की पीर पछाणत। वो तो सारिया के हिरदिया की जानन वाला है, मैं उन्हू कि भरमा सकता हाँ। समझ आ गई ना, ताई सानू समझ आ गई कि वह अंतर जामी है। वेखो ना बच्चा जा रहा है स्कूल जाता है, उन्हें पता कि अज पिता जी भी बाजार से शहर आए हुए ने, वो फिर जड़ा इधर उधर स्कूल छड़ के भटकता ही नहीं, अज नहीं गया, अज वो एक जगह टिक गया। क्यों? उन्हें पता है कि मम्मी ने दस दिता ही कि डैडी ने शहर जाना अज, तो जे मैनू कित गली दे विच देख लिया घूमद्या नू ते फिर छित्तर परेड ते फिर है ही, क्योंकि समझ है उन्हें पता है पिता ने आना नहीं, स्कूल भी नहीं जाता, पूरे बाजार च घूमता रहिंदा, ट्यूशन जाता ही नहीं। पर जो तो पता है ना पिता पिछे है, अज पिता ने आना है शहर के पिंड गल। कई बार की हों कि अज कि सानू यो खौफ हों कि साढ़े चाचे ताए महाराज की कृपा पांच छे ही तो कोई ना कोई तुरिया ही रहा हों शहर, जे किसी ने कह लेना चल घूम ले, नहीं कोई पता नहीं चाचा कितने मिल जाए कि गली च मिल जाए, तो जे घर गए तो फिर कुट पेगी, डर सी। समझ है ना कि साढ़े इतने पहुंचे, तो जिस दिन सानू समझ आ गए कि वह अंतर जामी तो तेरे नाल है पलिया, जो समझ आ गई पिता नाल है तेरे, जे कोई इधर उधर कदम किया तो छोटी हाथ दे वेच ही उहदे, समझ आ गई। नर नारायण अंतर जाम मन आन मनो तो पर कर जाऊं, कहिंदे मैं मनदा ही नहीं, मैं मनदा ही नहीं उत्थे कुछ है, मैं तो मनदा हाँ सब कुछ इत्थे है, जे मनदा हाँ तां ही तो मैं उत्थे जावां ना। जिहड़ा बंदा मनदा है कि फलानी जगह है वह ही जांदा है, मैं मनदा ही नहीं तो मैं उत्थे किवें जावां, किस जाचों नाहीं को थाओ, किहदे कोल जाके मंगा, मैं मंगा तो तां उहदे कोलों जे मैनू इत्थों ना मिले, किस जाचों ना ही को थाओ। मैनू समझ है कि परमात्मा दद्दा दाता एक है सब को देवनहार, वो सा इको ही दाता देने वाला, मैं दूजे तो ता मंगा जे कोई होर देने वाला होवे। नानक गुरमत सहज समाओ, हे नानक गुरु दी मत लिया सहज टिकाणा प्राप्त हो जाता है, मोह माया की भटकना खत्म हो जाती है। आओ ये बचन करके समाप्ति करिए, सारी संगत जपया जे। पुले मार्ग जिने बताया, पुले मार्ग जिने बताया, पुले पुले मार्ग जिने बताया, पुले मार्ग जिने बताया, पुले ऐसा गुरवड भागी पाया, ऐसा गुरवड भागी पाया, गुरवड भागी मैं वह वड्डियां भागा दे नाल गुरु प्राप्त कर लिया है, जड़ा ये भटकद्या होया रस्तियां दे उत्तों सीधे राह ते पाउण वाला है। मैनू समझ आ गई, गुरु कृपा करन सानू भी समझ आ जाए ये रस्ते दे उत्ते जड़ा असीं भटकदे हाँ, ते इस रस्ते तो भटकना सिर्फ गुरु खत्म कर सकदा। गुरु जी कृपा करन, विचारां करदियां बिंत भुल्लां, गुरु अते गुरु की संगत बख्शण योग है, बख्श लैणा भुल्लां ना चितारनियां, इस अमृत रस नूं पीणा करिए। गुरु पातशाह जी कृपा करन, करो फतेह नाल सांझ, आखो जी वाहेगुरु जी का खालसा वाहेगुरु जी की फतेह। अकथ कथा कहिए गुरु पाए, अकत